ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਦੇ ਉੱਪਰ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਨਿਕਲੀ ਹੋਈ ਨਵੀਆਂ ਭਰਤੀਆਂ ਦੇ ਬਾਰੇ ਵਿੱਚ, ਪੂਰੀ ਡਿਟੇਲ 'ਚ ਗੱਲ ਕਰਾਂਗੇ ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਰਹੇਗਾ। ਬਹੁਤ ਹੀ ਵਧੀਆ ਮੌਕਾ ਹੈ, ਮੁੰਡੇ ਅਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ, ਸੈਲਰੀ ਬਹੁਤ ਵਧੀਆ ਹੈ, ਔਨਲਾਈਨ ਅਪਲਾਈ ਕਰਨਾ ਹੈ। ਆਪਾਂ ਪੂਰੀ ਡਿਟੇਲ 'ਚ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਸਾਡੇ YouTube ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਔਰ ਬੈਲ ਬਟਨ ਜ਼ਰੂਰ ਦਬਾਉਣਾ ਕਿਸੇ ਵੀ ਗੌਰਮੈਂਟ ਜੋਬ ਦੇ ਨਵੇਂ ਨੋਟੀਫਿਕੇਸ਼ਨ ਦੇ ਲਈ। ਔਰ ਦੱਸਣਾ ਚਾਹਾਂਗਾ ਸਾਡੀ ਵੈਬਸਾਈਟ www.glory.com ਤੋਂ ਜ਼ਰੂਰ ਵਿਜ਼ਿਟ ਕਰਨਾ, ਜਿਹਦੇ ਵਿੱਚ ਡੇਲੀ ਬੇਸਿਸ 'ਤੇ ਆਉਣ ਵਾਲੀਆਂ ਜਿੰਨੀਆਂ ਵੀ ਰਿਕਰੂਟਮੈਂਟ ਆਊਟ ਹੁੰਦੀਆਂ ਨੇ, ਚਾਹੇ ਉਹ ਗੌਰਮੈਂਟ ਦੀਆਂ ਹੋਣ, ਚਾਹੇ ਉਹ ਪ੍ਰਾਈਵੇਟ ਸੈਕਟਰ ਦੀਆਂ ਹੋਣ, ਚਾਹੇ ਉਹ ਫਰੈਸ਼ਰਸ ਲਈ ਹੋਣ, ਚਾਹੇ ਐਕਸਪੀਰੀਅੰਸ ਲਈ, ਅਸੀਂ ਡੇਲੀ ਬੇਸਿਸ 'ਤੇ ਅਪਡੇਟ ਕਰਦੇ ਹਾਂ ਹਰ ਤਰ੍ਹਾਂ ਦੇ ਸਟੂਡੈਂਟ ਔਰ ਹਰ ਤਰ੍ਹਾਂ ਦੇ ਕੈਂਡੀਡੇਟਸ ਦੇ ਲਈ। ਤੁਸੀਂ ਚੈੱਕ ਕਰਕੇ ਉੱਥੇ ਸਟੈਪ ਬਾਏ ਸਟੈਪ ਫੋਲੋ ਕਰਕੇ ਅਪਲਾਈ ਕਰ ਸਕਦੇ ਹੋ। ਔਰ ਮੈਂ ਦੱਸਣਾ ਚਾਹਾਂਗਾ, ਅਗਰ ਕਿਸੇ ਵੀ ਗੌਰਮੈਂਟ ਜੋਬ ਦੀ ਤੁਸੀਂ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਮਿਲ ਜਾਏਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਜਿਹੜੀ ਤਿਆਰੀ ਕਰ ਸਕਦੇ ਹੋ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਰਿਕਰੂਟਮੈਂਟ ਆਊਟ ਹੋਈ ਹੈ, ਇਹ ਰਿਕਰੂਟਮੈਂਟ ਜਿਹੜੀ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਨੇ। ਔਰ ਸੈਲਰੀ ਦੀ ਅਗਰ ਅਸੀਂ ਗੱਲ ਕਰੀਏ ਤਾਂ 20,000 ਤੋਂ ਲੈ ਕੇ 40,000 ਪਰ ਮੰਥ ਜਿਹੜੀ ਹੈ ਸੈਲਰੀ ਰਹੇਗੀ। ਔਰ ਅਪਲਾਈ ਮੋਡ ਜਿਹੜਾ ਹੈ ਉਹ ਔਨਲਾਈਨ ਰਹੇਗਾ, ਠੀਕ ਹੈ ਜੀ। ਔਰ ਜਿਹੜਾ ਅਪਲਾਈ ਕਰਨਾ ਸ਼ੁਰੂ ਹੋਣਾ ਹੈ ਉਹ 5/12/2019 ਤੋਂ ਲੈ ਕੇ 26/12/2019 ਤੱਕ ਜਿਹੜੀ ਹੈ ਲਾਸਟ ਡੇਟ ਹੋਏਗੀ। ਔਰ ਇਹਦੇ ਵਿੱਚ ਅਸੀਂ ਅਗਰ ਪੋਸਟ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਪੋਸਟਾਂ ਦੀ। ਜਿਹੜੀ ਪੋਸਟ ਹੈ ਅਸਿਸਟੈਂਟ ਮੈਨੇਜਰ ਦੀ ਹੈ, ਠੀਕ ਹੈ ਜੀ। ਇੰਜੀਨੀਅਰਿੰਗ 10 ਪੋਸਟਾਂ ਨੇ, ਔਰ ਇਹ 'ਚ ਬੀਟੈਕ ਜਿਹੜੀ ਹੈ ਕੁਆਲੀਫਿਕੇਸ਼ਨ ਮੰਗੀ ਗਈ ਇਹਦੇ ਵਿੱਚ, ਠੀਕ ਹੈ ਜੀ। ਅਸਿਸਟੈਂਟ ਮੈਨੇਜਰ ਦੀ ਹੈ, ਸਿਵਲ ਇੰਜੀਨੀਅਰਿੰਗ ਦੀ ਮੰਗੀ, ਸਿਵਲ ਦੇ ਵਿੱਚ 5, ਇਲੈਕਟ੍ਰੀਕਲ ਦੇ ਵਿੱਚ 1। ਇਹਦੇ ਵਿੱਚ ਉਹਨਾਂ ਨੇ ਬੀਟੈਕ ਸਿਵਲ ਇੰਜੀਨੀਅਰਿੰਗ ਔਰ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਮੰਗੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਨੈਕਸਟ ਅਸਿਸਟੈਂਟ ਮੈਨੇਜਰ, ਸਿਸਟਮ ਐਂਡ MIS। ਇਹਦੇ ਵਿੱਚ 6 ਜਿਹੜੀਆਂ ਪੋਸਟਾਂ ਨੇ, ਇਹਦੇ ਵਿੱਚ ਉਹਨਾਂ ਨੇ ਬੀਟੈਕ ਔਰ ਐਮਟੈਕ ਇਨ IT ਕੰਪਿਊਟਰ ਸਾਇੰਸ MCA ਵਾਲੇ ਵੀ ਅਪਲਾਈ ਕਰ ਸਕਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਨੈਕਸਟ ਪੋਸਟ ਦੀ, ਅਸਿਸਟੈਂਟ ਮੈਨੇਜਰ ਮਾਰਕੀਟਿੰਗ। ਇਹ 'ਚ 7 ਪੋਸਟਾਂ ਨੇ ਟੋਟਲ। MBA ਮਾਰਕੀਟਿੰਗ 'ਚ ਹੋਣੀ ਚਾਹੀਦੀ, ਤੁਹਾਡੀ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ ਹੋਣੀ ਚਾਹੀਦੀ ਹੈ। ਔਰ ਇਹਦੇ 'ਚ ਉਹਨਾਂ ਐਕਸਪੀਰੀਅੰਸ ਰਿਕੁਆਇਰਡ ਹੈ FMCG ਦਾ, ਉਹ ਚੈੱਕ ਕਰ ਲੈਣਾ। ਅਸਿਸਟੈਂਟ ਮੈਨੇਜਰ ਦੀ ਨੈਕਸਟ ਪੋਸਟ ਹੈ ਉਹ, ਠੀਕ ਹੈ ਜੀ, ਪ੍ਰੋਕਿਓਰਮੈਂਟ ਦੀ। ਇਹਦੇ ਵਿੱਚ 10 ਪੋਸਟਾਂ ਨੇ ਟੋਟਲ, ਬੀਟੈਕ, ਐਮਟੈਕ, DT ਔਰ ਡੀ ਐਕਸਟੈਂਸ਼ਨ ਔਰ ਫੋਰ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਤੁਸੀਂ ਇੰਸਟੀਟਿਊਟ ਤੋਂ ਕੀਤੀ ਹੋਣੀ ਚਾਹੀਦੀ ਹੈ। ਨੈਕਸਟ ਜਿਹੜੀ ਪੋਸਟ ਹੈ ਅਸਿਸਟੈਂਟ ਮੈਨੇਜਰ ਐਨੀਮਲ ਹਸਬੈਂਡਰੀ ਦੀ, 6 ਪੋਸਟਾਂ ਨੇ ਟੋਟਲ ਜਿਹੜੀਆਂ ਨੇ ਇਹਦੇ ਵਿੱਚ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਹੈ BVSC ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ ਕੀਤੀ ਹੋਣੀ ਚਾਹੀਦੀ ਹੈ। ਨੈਕਸਟ ਹੈਗੀ ਸੀਨੀਅਰ ਐਗਜ਼ੀਕਿਊਟਿਵ ਫਾਈਨਾਂਸ ਐਂਡ ਅਕਾਊਂਟ, 14 ਪੋਸਟਾਂ ਨੇ। MCOM ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ, ਔਰ 3 ਸਾਲ ਦਾ ਐਕਸਪੀਰੀਅੰਸ ਰਿਕੁਆਇਰਡ ਹੈ। ਨੈਕਸਟ ਹੈਗਾ ਸੀਨੀਅਰ ਐਗਜ਼ੀਕਿਊਟਿਵ ਮਾਰਕੀਟਿੰਗ, ਠੀਕ ਹੈ ਜੀ। ਔਰ ਇਹ 'ਚ 25 ਪੋਸਟਾਂ ਨੇ ਟੋਟਲ। ਇਹਦੇ ਵਿੱਚ ਉਹਨਾਂ ਨੇ MBA ਮਾਰਕੀਟਿੰਗ ਮੰਗੀ ਹੈ, ਠੀਕ ਹੈ ਜੀ, ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ, ਔਰ 2 ਸਾਲ ਦਾ ਐਕਸਪੀਰੀਅੰਸ FMCG ਇੰਡਸਟਰੀ ਦਾ ਮੰਗਿਆ ਹੋਇਆ ਹੈ, ਠੀਕ ਹੈ ਜੀ। ਔਰ ਇਹਦੇ 'ਚ ਅਸੀਂ ਨੈਕਸਟ ਅਸੀਂ ਗੱਲ ਕਰਦੇ ਜਿਹੜੀ ਇਹ ਪੋਸਟ ਨਿਕਲੀ ਹੋਈ ਹੈ ਵੇਰਕਾ ਦੇ ਵਿੱਚ ਆਊਟ ਹੋਈ ਹੈ, ਠੀਕ ਹੈ ਜੀ। ਵੇਰਕਾ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਤੁਸੀਂ ਔਨਲਾਈਨ ਜਿਹੜਾ ਹੈ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਔਰ ਇਹਦੇ ਵਿੱਚ ਜਿਹੜੀ ਐਪਲੀਕੇਸ਼ਨ ਫੀਸ ਹੈਗੀ ਹੈ ਜਨਰਲ ਅਤੇ OBC ਦੇ ਲਈ 700 ਰੁਪੀਸ ਹੈ, ST ਐਂਡ SC ਕੈਂਡੀਡੇਟ ਦੇ ਲਈ 500 ਰੁਪੀਸ ਹੈ, ਠੀਕ ਹੈ ਜੀ। ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਅਪਲਾਈ ਕਰ ਸਕਣ, ਚਾਹੇ ਉਹ ਫਰੈਸ਼ਰ ਨੇ, ਚਾਹੇ ਉਹ ਐਕਸਪੀਰੀਅੰਸ ਨੇ। ਔਰ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ।